केपीडी न्यूज, हक सच और इंसाफ की आवाज। ਜਲੰਧਰ ਵਿੱਚ ਬੀਤੇ 3 ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਬਸਤੀ ਮਿੱਠੂ 'ਚ ਪੈਂਦੇ ਗੁਰੂ ਅਰਜਨ ਦੇਵ ਨਗਰ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ 'ਤੇ ਪਹੁੰਚੇ ਸਮਾਜ ਸੇਵਕ IS ਬੱਗਾ ਨੇ ਦੱਸਿਆ ਕਿ ਪਰਿਵਾਰ ਦੇ ਮੁਖੀ ਪਤੀ ਪਤਨੀ ਦੋਵੇਂ ਅਪਾਹਜ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਗਰੀਬ ਪਰਿਵਾਰ ਨੂੰ ਮਾਲੀ ਸਹਾਇਤਾ ਦੇਵੇ ਤਾਂ ਜੋ ਗਰੀਬ ਪਰਿਵਾਰ ਆਪਣੇ ਛੱਤ ਘਰ ਦੀ ਛੱਤ ਨੂੰ ਦੁਬਾਰਾ ਬਣਵਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਜਲੰਧਰ ਤੋਂ ਰਵੀ ਗਿੱਲ ਅਤੇ ਜਵੇਸ਼ ਗਿੱਲ ਦੀ ਰਿਪੋਰਟ। ਸਰ, ਆਪਣਾ ਨਾਮ ਕੀ ਹੈ ਜੀ? ਮੈਂ ਸਮਾਜ ਸੇਵਕ IS ਬੱਗਾ, ਬਸਤੀ ਮਿੱਠੂ ਤੋਂ। ਸਰ, ਕੀ ਗੱਲ ਕੀ ਹੋਈ ਹੈ? ਗੱਲ ਤਾਂ ਕਿ ਤਕਰੀਬਨ ਕੋਈ ਅੱਧਾ ਪੌਣਾ ਘੰਟਾ ਪਹਿਲਾਂ ਮੈਨੂੰ ਕਾਲ ਆਈ ਸੀ ਕਿ ਮੇਰੇ ਦੋਸਤ ਜੀ ਨੇ, ਬਲਵਿੰਦਰ ਸਿੰਘ ਜੀ, ਉਹਨਾਂ ਦਾ ਬ੍ਰਦਰ ਹੈ ਵਰਿੰਦਰ ਸਿੰਘ, ਹੈਂਡੀਕੈਪ ਹੈ ਅਤੇ ਦੂਜਾ ਉਹ ਲੇਬਰ ਦਾ ਕੰਮ ਕਰਦਾ, ਮੋਟਰ ਮਕੈਨਿਕ ਦਾ, ਉਹਦੀ ਵਾਈਫ ਵੀ ਹੈਂਡੀਕੈਪ ਹੈ ਅਤੇ ਦੂਜਾ ਛੋਟੇ ਛੋਟੇ ਬੱਚੇ ਨੇ, ਅਤੇ ਉਹ ਕਹਿੰਦੇ ਕਿ ਘਰ ਦੀ ਛੱਤ ਡਿੱਗ ਗਈ। ਤਕਰੀਬਨ 3-4 ਦਿਨਾਂ ਤੋਂ ਜਿਹੜਾ ਲਗਾਤਾਰ ਮੀਂਹ ਪੈ ਰਿਹਾ, ਉਹਦੇ ਕਾਰਨ ਭਾਰੀ ਮੀਂਹ ਪੈਣ ਕਾਰਨ ਇਹ ਛੱਤ ਡਿੱਗ ਪਈ ਹੈ, ਅਤੇ ਸਾਡੀ ਗੌਰਮੈਂਟ ਤੋਂ, ਪ੍ਰਸ਼ਾਸਨ ਤੋਂ ਇਹ ਮੰਗ ਹੈ, ਇਸ ਲੋੜਵੰਦ ਗਰੀਬ ਪਰਿਵਾਰ ਹੈ ਅਤੇ ਇਹਦੀ ਪੂਰੀ ਹੈਲਪ ਕੀਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਦੀ ਮਾਲੀ ਮਦਦ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਪਰਮਾਤਮਾ ਦਾ ਸ਼ੁਕਰ ਹੈ ਕਿ ਜੋ ਬੱਚੇ ਅੰਦਰ ਬੈਠੇ ਸੀਗੇ ਉਹ ਇੱਕ ਸਾਈਡ 'ਤੇ ਇੱਧਰਲੇ ਪਾਸੇ ਬੈਠੇ ਸੀ, ਅਤੇ ਇਹ ਵੀ ਤਕਰੀਬਨ ਕੰਮ ਤੋਂ ਆਏ ਸੀ ਸਰਦਾਰ ਵਰਿੰਦਰਪਾਲ ਸਿੰਘ ਜੀ, ਇਹ ਵੀ ਸਾਈਡ 'ਤੇ ਬੈਠੇ ਸੀ। ਇਹਨਾਂ ਦੀ ਵਾਈਫ ਕਿਚਨ 'ਚ ਸੀ, ਆਪਣਾ ਕੋਈ ਲੰਗਰ ਪਾਣੀ ਦਾ ਪ੍ਰਬੰਧ ਉਹ ਕਰ ਰਹੇ ਸੀਗੇ, ਅਤੇ ਛੱਤ ਜਿਹੜੀ ਡਿੱਗੀ ਆ ਤੋਂ ਇੱਕਦਮ ਡਿੱਗਣ ਕਰਕੇ ਬੱਚੇ ਵੀ ਹਫੜਾ ਤਫੜੀ ਮੱਚੀ, ਵੀ ਸ਼ਾਇਦ ਕੋਈ ਭੁਚਾਲ ਵਗੈਰਾ ਆ ਗਿਆ ਜਾਂ ਕਿੱਦਾਂ, ਅਤੇ ਸਾਰੇ ਪਰਿਵਾਰ ਦੇ ਮੈਂਬਰ ਅਤੇ ਸਾਰੇ ਨਾਲ ਇੱਕੋ ਵਿਹੜੇ ਦੇ ਵਿੱਚ ਰਹਿੰਦੇ ਹਾਂ ਇਕੱਠੇ ਸਾਰੇ, ਅਤੇ ਉਹ ਹਫੜਾ ਤਫੜੀ ਮੱਚਣ ਕਰਕੇ ਮੈਨੂੰ ਬੁਲਾਇਆ, ਮੈਂ ਆ ਕੇ ਦੇਖਿਆ ਸਾਰਾ ਮੌਕਾ, ਅਤੇ ਹੁਣ ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕਰਦਾ ਅਤੇ ਇਹਨਾਂ ਦਾ ਪੂਰੀ ਹੈਲਪ ਕੀਤੀ ਜਾਣੀ ਚਾਹੀਦੀ, ਇਹਨਾਂ ਦੀ ਮਾਲੀ ਮਦਦ ਇਹਨਾਂ ਨੂੰ ਕਰਕੇ, ਅਤੇ ਮੁੜ ਵਸੇਬਾਰਾਂ ਦਾ ਘਰ ਬਣਨਾ ਚਾਹੀਦਾ, ਛੱਤ ਬਣ ਕੇ ਅਤੇ ਆਪਣੀ ਛੱਤ ਦੇ ਥੱਲੇ ਫਿਰ ਆਪਣਾ ਬਸਰ ਗੁਜ਼ਰ ਕਰਨ ਅਤੇ ਆਪਣੇ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ। ਸਰ, ਇਹ ਕਿਸ ਜਗ੍ਹਾ 'ਤੇ ਰਹਿ ਰਹੇ ਆ? ਇਹ ਜੀ ਮਕਾਨ ਨੰਬਰ ਹੈਗਾ 934 ਗੁਰੂ ਅਰਜਨ ਦੇਵ ਜੀ ਨਗਰ, ਬਸਤੀ ਮਿੱਠੂ। ਜਿਹੜਾ ਬਸਤੀ ਮਿੱਠੂ ਦਾ ਜਿਹੜਾ ਪੈਟਰੋਲ ਪੰਪ ਹੈ, ਉਹ ਪੈਟਰੋਲ ਪੰਪ ਦੇ ਬਿਲਕੁਲ ਦੂਜਾ ਤੀਜਾ ਘਰ ਹੈ ਰੋਡ ਦੇ ਉੱਤੇ। ਸਰ, ਇਹਨਾਂ ਦਾ ਜਿਹੜਾ ਕੌਂਸਲਰ ਹੈ ਇਸ ਵਾਰਡ ਦਾ, ਉਹ ਅਜੇ ਤੱਕ ਕੋਈ ਉਹਨਾਂ ਨੂੰ ਕੋਈ ਦੱਸਿਆ ਨਹੀਂ ਗਿਆ? ਕੌਂਸਲਰ ਨੂੰ ਮੇਰੇ ਖਿਆਲ 'ਚ ਦੱਸਿਆ ਗਿਆ, ਅਤੇ ਪਰ ਮੈਂ ਤਾਂ ਸਮਾਜ ਸੇਵਕ ਹੋਣ ਦੇ ਨਾਤੇ, ਕਿਉਂਕਿ ਮੈਂ ਤਤਪਰ ਰਹਿੰਦਾ ਹਰ ਵਾਰੀ ਕਿ ਸਮਾਜ ਦੀ ਕਿਸੇ ਨਾ ਕਿਸੇ ਤਰੀਕੇ ਸਮਾਜ ਦੀ ਸੇਵਾ ਕੀਤੀ ਜਾਵੇ, ਕਿਉਂਕਿ ਮੈਂ ਜਦੋਂ ਮੈਨੂੰ ਪਤਾ ਲੱਗਾ ਮੈਂ ਤਾਂ ਤੁਰੰਤ ਇੱਥੇ ਪਹੁੰਚਿਆ, ਅਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਕੌਂਸਲਰ ਸਾਹਿਬ ਨੂੰ ਵੀ ਇਤਲਾਹ ਕੀਤੀ ਗਈ, ਅਤੇ ਉਹ ਤਾਂ ਮੇਰੇ ਖਿਆਲ ਉਹਨਾਂ ਨੇ ਟਾਈਮ ਟੂਮ ਇਹਨਾਂ ਨੂੰ ਦਿੱਤਾ ਕਿ ਸਵੇਰੇ 9:30 ਆਵਾਂਗੇ ਜਾਂ ਕਿੱਦਾਂ, ਪਰ ਮੇਰੀ ਇਹ ਸੋਚ ਹੈ ਕਿ ਮੈਂ ਤਤਪਰ ਰਹਿੰਦਾ ਵੀ ਕਿਸੇ ਵੀ ਤਰੀਕੇ ਦੀ ਜਦੋਂ ਵੀ ਕੋਈ ਮੈਨੂੰ ਕਾਲ ਆਉਂਦੀ ਜਾਂ ਕਿੱਦਾਂ, ਤਾਂ ਮੈਂ ਉੱਥੇ ਪਹੁੰਚਣਾ ਹੀ ਹੁੰਦਾ, ਅਤੇ ਪਹੁੰਚ ਕੇ ਮੈਂ ਇਹ ਫਿਰ ਹੁਣ ਇਹ ਮੌਕਾ ਦੇਖਿਆ, ਸਾਰਾ ਜਾਇਜ਼ਾ ਲਿਆ ਇਹਦਾ, ਅਤੇ ਇੱਕ ਸਮਾਜ ਸੇਵਕ ਹੋਣ ਦੇ ਨਾਤੇ, ਇਨਸਾਨੀ ਦੇ ਨਾਤੇ, ਮੈਂ ਮਨੁੱਖਤਾ ਨੂੰ ਪਿਆਰ ਕਰਦੇ ਹੋਏ ਇਹ ਜਿਹੜੇ ਵਰਿੰਦਰਪਾਲ ਸਿੰਘ ਜੀ ਨੇ, ਹੈਂਡੀਕੈਪ ਨੇ, ਅਤੇ ਇਹਨਾਂ ਦਾ ਮੈਂ ਤਕਰੀਬਨ ਪਹਿਲਾਂ ਵੀ ਕਿਸੇ ਨਾ ਕਿਸੇ ਤਰੀਕੇ ਸਾਥ ਦਿੰਦਾ ਰਹਿੰਦਾ, ਅਤੇ ਇਹਨਾਂ ਦੀਆਂ ਅਸੀਸਾਂ ਲੈਂਦਾ ਰਹਿੰਦਾ, ਅਤੇ ਹੁਣ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ, ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਛੱਤ ਟੁੱਟੀ ਦਾ, ਅਤੇ ਆਪਣੀ ਛੱਤ ਪਾ ਕੇ ਅਤੇ ਦੁਬਾਰਾ ਫਿਰ ਆਪਣਾ ਘਰ ਵਸੇਬਾ ਕਰ ਸਕਣ। ਹਾਂਜੀ, ਇਹ ਹੈ ਕਿ ਅਸੀਂ ਸਟੱਡੀ ਕਰਦੇ ਪਏ ਸੀਗੇ, ਜਿਸ ਕਾਰਨ ਸਾਡੇ ਕਮਰੇ 'ਚ ਛੱਤ ਗਿਰ ਗਈ ਹੈ, ਅਤੇ ਸਾਡੀ ਜਾਨ ਨੂੰ ਵੀ ਖਤਰਾ ਬਣ ਸਕਦਾ ਇਹਦੇ ਨਾਲ, ਅਤੇ ਇੱਕਦਮ ਭਾਜੀ ਰੋਟੀ ਖਾ ਰਹੇ ਸੀ। ਇਹ ਕਿਸ ਜਗ੍ਹਾ 'ਤੇ ਆਪਾਂ ਰਹਿੰਦੇ ਹਾਂ? ਅਸੀਂ ਮਿੱਠੂ ਬਸਤੀ ਗੁਰੂ ਅਰਜਨ ਨਗਰ 'ਚ ਰਹਿੰਦੇ ਹਾਂ। ਆਪਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਹਾਂ? ਅਸੀਂ ਕਾਂਗਰਸ ਸਰਕਾਰ ਦੇ ਪ੍ਰਸ਼ਾਸਨ ਤੋਂ ਇਹ ਮੰਗ ਰੱਖਦੇ ਹਾਂ ਕਿ ਸਾਡੇ ਕਮਰੇ 'ਚ ਛੱਤ ਬਣਾਉਣ ਵਾਸਤੇ ਸਾਨੂੰ ਕਰਜ਼ਾ ਦਿੱਤਾ ਜਾਵੇ, ਪੈਸੇ ਦਿੱਤੇ ਜਾਣ।
ਜੋ ਕਿ ਅਸੀਂ ਆਪਣੇ ਕਮਰੇ 'ਚ ਹੱਥ ਬਣਾ ਸਕੀਏ ਅਤੇ ਸਾਨੂੰ ਗਾਂਹ ਨੂੰ ਕੋਈ ਜਾਨ ਨੂੰ ਖਤਰਾ ਨਾ ਹੋ ਸਕੇ। ਤੁਹਾਡਾ ਕੋਈ ਮੁਹੱਲੇ ਦਾ ਕੌਂਸਲਰ ਜੋ ਹੈ ਕੋਈ ਇੱਥੇ ਮੌਜੂਦਾ ਪਹੁੰਚਿਆ ਨਹੀਂ ਇੱਥੇ ਅੱਜ ਤੱਕ? ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਹੈਗਾ, ਫੋਨ 8 ਵਜੇ ਕੀਤਾ ਹੋਇਆ ਉਹਨਾਂ ਨੂੰ। ਕਿ ਕੌਂਸਲਰ ਕੌਣ ਹੈ ਤੁਹਾਡੇ ਇਸ ਵਾਰਡ ਦਾ? ਸਾਡੇ ਇਸ ਵਾਰਡ ਦਾ ਕੌਂਸਲਰ ਬੂਟੀ ਹੈ। ਅਤੇ ਆਪਣਾ ਨਾਮ ਕੀ ਹੈ? ਮੇਰਾ ਨਾਮ ਸ਼ੈਲੀ ਹੈ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਬੱਚਾ ਵਗੈਰਾ ਨੀਚੇ ਤਾਂ ਨਹੀਂ ਆਇਆ? ਨਹੀਂ, ਅਸੀਂ ਬੈਠ ਕੇ ਹਜੇ ਸਟੱਡੀ ਕਰਦੇ ਪਏ ਸੀ, ਤਿੰਨੇ ਭੈਣ ਭਰਾ, ਜਿਸ ਕਾਰਨ ਅਸੀਂ ਨਾਲ ਰੋਟੀ ਵੀ ਮੰਮਾ ਪਕਾ ਰਹੇ ਸੀ, ਅਤੇ ਇੱਦਾਂ ਸਾਡੀ ਜਾਨ ਨੂੰ ਖਤਰਾ ਵੀ ਤਾਂ ਹੋ ਹੀ ਸਕਦਾ ਸੀ। ਅਸੀਂ ਸਟੱਡੀ ਕਰਦੇ ਪਏ ਸੀਗੇ, ਜੇ ਸਾਡੇ ਛੱਤ ਡਿੱਗੀ ਤਾਂ ਸਾਡੇ ਕੋਈ ਜਾਨੀ ਨੁਕਸਾਨ ਹੋ ਜਾਂਦਾ। ਤਾਂ ਫਿਰ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल KPD न्यूज, हक सच और इंसाफ की आवाज़ आपको रखे सबसे आगे।